ਹਾਂਜੀ ਕਰਨੀ ਚਾਹੂੰਗਾ ਕਿ ਮੈਂ ਵੀ ਆਪਣੇ ਬੱਚੇ ਦੀ ਮੈਰਿਜ ਇਸੇ ਮਹੀਨੇ ਦੇ ਵਿੱਚ ਰੱਖੀ ਸੀ। ਅਕਾਲ ਪੁਰਖ ਦਾ ਜੋ ਭਾਣਾ ਸੀ ਉਹਦੇ ਮੁਤਾਬਕ ਮੈਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਨਹੀਂ ਮਿਲਿਆ। ਸੋ ਮੈਂ ਬਾਬਾ ਜੀ ਨੂੰ ਇਸ ਗੱਲ ਲਈ ਵਧਾਈ ਦਿੰਦਾ ਕਿ ਮੇਰੇ ਵੀ ਇਸ ਮਨ ਦੀ ਇੱਕ ਇੱਛਾ ਪੂਰੀ ਕੀਤੀ ਹੈ। ਜਿਸ ਤਰ੍ਹਾਂ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਮੇਰਾ ਇੱਕੋ ਹੀ ਬੱਚਾ ਸੀ, ਮੈਂ ਵੀ ਆਮ ਮਾਪਿਆਂ ਦੀ ਤਰ੍ਹਾਂ ਉਹਨੂੰ ਆਸ਼ੀਰਵਾਦ ਦੇਣਾ ਚਾਹੁੰਦਾ ਸੀ। ਸਾਂਝੀ ਕਰਨੀ ਚਾਹੂੰਗਾ ਕਿ ਮੈਂ ਵੀ ਆਪਣੇ ਬੱਚੇ ਦੀ ਮੈਰਿਜ ਇਸੇ ਮਹੀਨੇ ਦੇ ਵਿੱਚ ਰੱਖੀ ਸੀ। ਅਕਾਲ ਪੁਰਖ ਦਾ ਜੋ ਭਾਣਾ ਸੀ ਉਹਦੇ ਮੁਤਾਬਕ ਮੈਨੂੰ ਇਹ ਸੇਵਾ ਨਿਭਾਉਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਹਰ ਇੱਕ ਮਾਪੇ ਦੀ ਰੀਝ ਹੁੰਦੀ ਹੈ, ਉਹ ਬੱਚਿਆਂ ਦੀ ਪਾਲਣਾ ਪੋਸ਼ਣਾ ਕਰਦੇ ਨੇ ਵੀ ਇਹ ਨੌਜਵਾਨ ਹੋਣਗੇ, ਆਪਣੇ ਕਾਰੋਬਾਰ ਚੱਕਣਗੇ, ਮੈਂ ਇਹਨਾਂ ਦੀ ਸ਼ਾਦੀਆਂ ਕਰੂੰਗਾ, ਹੈ ਨਾ। ਹਰ ਇੱਕ ਬੰਦੇ ਦਾ ਮਾਪਿਆਂ ਦਾ ਸੁਪਨਾ ਹੁੰਦਾ। ਸੋ ਮੈਂ ਬਾਬਾ ਜੀ ਨੂੰ ਇਸ ਗੱਲ ਲਈ ਵਧਾਈ ਦਿੰਦਾ ਕਿ ਮੇਰੇ ਵੀ ਇਸ ਮਨ ਦੀ ਇੱਕ ਇੱਛਾ ਪੂਰੀ ਕੀਤੀ ਹੈ। ਜਿਸ ਤਰ੍ਹਾਂ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਮੇਰਾ ਇੱਕੋ ਹੀ ਬੱਚਾ ਸੀ, ਮੈਂ ਵੀ ਆਮ ਮਾਪਿਆਂ ਦੀ ਤਰ੍ਹਾਂ ਉਹਨੂੰ ਆਸ਼ੀਰਵਾਦ ਦੇਣਾ ਚਾਹੁੰਦਾ ਸੀ। ਔਰ ਬਾਬਾ ਜੀ ਨੇ ਮੈਨੂੰ 11 ਬੱਚਿਆਂ ਦਾ ਆਸ਼ੀਰਵਾਦ ਦੇਣ ਲਈ ਬੁਲਾਇਆ ਤਾਂ ਮੈਂ ਇਹਨਾਂ ਦਾ ਤਹਿ ਦਿਲੋਂ ਧੰਨ ਕਰਦਾ। ਔਰ ਭਵਿੱਖ ਦੇ ਵਿੱਚ ਵੀ ਕਾਮਨਾ ਕਰਦਾ ਵੀ ਇਸ ਤਰ੍ਹਾਂ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਅਸੀਂ ਇੱਦਾਂ ਦੇ ਕਾਰਜ ਕਰਦੇ ਰਹੀਏ। ਕੋਈ ਸ਼ਬਦ ਵੱਧ ਘੱਟ ਕਹਿ ਗਿਆ ਵੀਰੋ, ਮੈਂ ਕੋਈ ਬੁਲਾਰਾ ਨਹੀਂ ਹਾਂ, ਤਾਂ ਸੰਗਤ ਮਾਫ਼ ਕਰਨ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।